ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲਾਰੈਂਸ ਸਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਚਾਰ ਸਾਥੀ ਗ੍ਰਿਫਤਾਰ ਭਾਰੀ ਮਾਤਰਾ ਦੇ ਵਿੱਚ ਹਥਿਆਰ ਕੀਤੇ ਬਰਾਮਦ ਕਾ ਦੋਸਤੋ ਅੰਬਾਲਾ ਪੁਲਿਸ ਦੀ ਸੀਆਈ ਟੀਮ ਨੇ ਲੌਰੈਂਸ ਬਸਨੋਈਏ ਤੇ 골ਡੀ ਬਰਾਡ ਗੈਂਗ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਅੰਬਾਲਾ ਦੇ ਐਸਪੀ ਜਸਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਬਾਲਾ ਪੁਲਿਸ ਨੇ ਨਜਾਇਜ਼ ਹਥਿਆਰਾਂ ਦੇ ਖਿਲਾਫ ਮਹਿੰਮ ਮਿੱਡੀ ਹੋਈ ਸੀ ਉਹਨਾਂ ਕੋਲੋਂ ਅਸੀਂ ਤਿੰਨ ਪਿਸਤੌਲ 22 ਜਿੰਦਾ ਕਾਰਤੂਸਾਂ ਅਤੇ ਤਿੰਨ ਖੋਲ ਬਰਾਮਦ ਕੀਤੇ ਨੇ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਚਾਰ ਦਿਨਾਂ ਦਾ ਪੁਲਿਸ ਨੂੰ ਰਮਾਂਡ ਵੀ ਹਾਸਲ ਹੋਇਆ ਅਗਲੀ ਖਬਰ ਹੈ ਜੇਲਾ ਅੰਦਰ ਢੱਲੇ ਨਾਲ ਪਹੁੰਚ ਰਿਹਾ ਨਸ਼ਾ ਡੋਪ ਟੈਸਟ ਦੇ ਵਿੱਚ ਵੱਡਾ ਖੁਲਾਸਾ ਕੇਂਦਰੀ ਜੇਲ੍ਹ ਦੇ ਵਿੱਚ 1900 ਕੈਦੀਆਂ ਦੇ ਵਿੱਚੋਂ 900 ਨਸ਼ੇ ਦੇ ਆਦੀ ਤਾਂ ਦੋਸਤੋ ਅਮਰਸਰ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਕੈਦੀਆਂ ਦਾ ਡੋਪ ਟੈਸਟ ਕਰਵਾਇਆ ਹੈ ਕੈਦੀਆਂ ਦੇ ਡੋਪ ਟੈਸਟ ਦੇ ਵਿੱਚ ਸੰਸਰੀ ਖੇਸ ਖੁਲਾਸਾ ਹੋਇਆ ਹੈ ਸਿਹਤ ਵਿਭਾਗ ਦੀ ਟੀਮ ਨੇ ਇੱਕ ਦਿਨ ਦੇ ਵਿੱਚ 1900 ਕੈਦੀਆਂ ਦੀ ਜਾਂਚ ਕੀਤੀ ਹੈ ਪਰ ਵਿਭਾਗ ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਡੋਪ ਟੈਸਟ ਵਿੱਚ ਕੇਂਦਰੀ ਜੇਲ੍ਹ ਦੇ 1900 ਕੈਦੀਆਂ ਦੇ ਵਿੱਚੋਂ 900 ਨਸ਼ੇ ਦੇ ਆਦੀ ਪਾਏ ਗਏ ਨੇ ਪੰਜਾਬ ਦੀ ਸਰਕਾਰ ਭਾਵੇਂ ਪੰਜਾਬ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਬੀੜਾ ਚੁੱਕੀ ਬੈਠੀ ਹੈ ਪਰ ਅਸਲੀਅਤ ਵਿੱਚ ਵੇਖਿਆ ਜਾਵੇ ਤਾਂ ਸਰਕਾਰੀ ਜੇਲਾਂ ਦੇ ਅੰਦਰ ਹੀ ਨਸ਼ਾ ਟੜੱਲੇ ਨਾਲ ਪਹੁੰਚ ਰਿਹਾ ਹੈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨ ਉੱਥੇ ਕੈਦੀਆਂ ਦੇ ਡੋਪ ਟੈਸਟ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕੈਦੀ ਪੋਜ਼ੀਟਿਵ ਪਾਏ ਗਏ ਸਨ ਅਗਲੀ ਖਬਰ ਹੈ ਹੁਣ ਤੇਲੰਗਾਨਾ ਦੇ ਵਿੱਚ ਮਿਲਿਆ ਮੰਕੀ ਪੋਕਸ ਦਾ ਸੱਕੀ ਮਰੀਜ਼ ਇਸ ਦੇਸ਼ ਤੋਂ ਪਰਤਿਆ ਭਾਰਤ ਤਾਂ ਦੋਸਤੋ ਤੇਲੰਗਾਨਾ ਦੇ ਕਮਰੇਡੀ ਜ਼ਿਲ੍ਹੇ ਦੇ ਵਿੱਚ ਵਿਦੇਸ਼ ਤੋਂ ਪਰਤ ਇੱਕ ਵਿਅਕਤੀ ਵਿੱਚ ਮੰਕੀ ਬਾਕਸ ਦੇ ਲਸਣ ਦੇਖੇ ਗਏ ਨੇ ਰਾਜ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਨੂੰ ਹైదరాబాద్ ਦੇ ਸਰਕਾਰੀ ਬੁਖਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਵਿਅਕਤੀ 6 ਜੁਲਾਈ ਨੂੰ ਕਵੈਰ ਤੋਂ ਵਾਪਸ ਆਇਆ ਤੇ ਉਸ ਨੂੰ 20 ਜੁਲਾਈ ਨੂੰ ਬੁਖਾਰ ਸੀ ਅਗਲੀ ਖਬਰ ਹੈ ਪੰਜਾਬ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤਾ ਵੱਡਾ ਝਟਕਾ ਨਹੀਂ ਮਿਲੇਗੀ ਮੁਫਤ ਬਿਜਲੀ ਫ੍ਰੀ ਬਿਜਲੀ ਤੇ ਲਾਈਆਂ ਇਹ ਸ਼ਰਤਾਂ ਤਾ ਦੋਸਤੋ ਮੁਫਤ ਬਿਜਲੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਪੰਜਾਬ ਸਰਕਾਰ ਨੇ 600 ਯੂਨਟ ਫ੍ਰੀ ਬਿਜਲੀ ਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ ਵਿਰੋਧੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਨੇ ਚੋਣਾਂ ਤੋਂ ਪਹਿਲਾਂ ਮੁਫਤ ਬਿਜਲੀ ਦਾ ਐਲਾਨ ਕੀਤਾ ਸੀ ਤੇ ਸਰਕਾਰ ਬਣਨ ਦੇ ਮਗਰੋਂ ਇਸ ਉੱਪਰ ਸ਼ਰਤਾਂ ਲਾ ਦਿਤੀਆਂ ਇਹ ਆਮ ਲੋਕਾਂ ਦੇ ਨਾਲ ਧੋਖਾਗਾ ਕਾਂਗਰਸ ਤੇ ਅਕਾਲੀ ਦਲ ਨੇ ਆਪ ਸਰਕਾਰ ਵੱਲੋਂ ਜਾਰੀ ਸਵੇ ਘੋਸ਼ਣਾ ਪੱਤਰ ਦੀਆਂ ਸ਼ਰਤਾਂ ਉੱਪਰ ਇਤਰਾਜ਼ ਵੀ ਜਤਾਇਆਗਾ ਉਹਨਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀ ਕੋਈ ਸ਼ਰਤ ਲੋਕਾਂ ਸਾਹਮਣੇ ਨਹੀਂ ਰੱਖੀ ਸੀ ਤੇ ਹੁਣ ਪੰਜਾਬੀਆਂ ਦੇ ਨਾਲ ਸਿੱਧਾ ਧੋਖਾ ਹੋਇਆ ਹੈ ਹਾਲਾਂਕਿ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਦੱਸ ਦਿਆਂ ਤੁਹਾਨੂੰ ਜੋ ਪੱਤਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸ਼ਰਤਾਂ ਰੱਖੀਆਂ ਗਈਆਂ ਨੇ ਪਹਿਲੀ ਸ਼ਰਤ ਹੈ ਕਿ ਪਰਿਵਾਰ ਜਾਂ ਫਿਰ ਘਰ ਦੇ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਇਨਕਮ ਟੈਕਸ ਅਦਾ ਨਾ ਕਰਦਾ ਹੋਵੇ ਦੂਜੀ ਸ਼ਰਤ ਰੱਖੀ ਹੈ ਕਿ ਜੇ ਭਵਿੱਖ ਦੇ ਵਿੱਚ ਆੰਦਨਕਰ ਧਾਇਰੇ ਵਿੱਚ ਆਉਂਦਾ ਤਾਂ ਖੁਦ ਬਿਜਲੀ ਅਧਿਕਾਰੀ ਨੂੰ ਸੂਚਿਤ ਕਰੇਗਾ ਤੀਜੀ ਸ਼ਰਤ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਸੰਵਿਧਾਨਕ ਅਹੁਦੇ ਉੱਪਰ ਨਹੀਂ ਰਿਹਾ ਤੇ ਨਾ ਹੀ ਹੋਣਾ ਚਾਹੀਦਾ ਚੌਥੀ ਸ਼ਰਤ ਰੱਖੀ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਮੰਤਰੀ ਸੰਸਦ ਮੈਂਬਰ ਵਿਧਾਇਕ ਨਗਰ ਕੌਂਸਲ ਮੈਂਬਰ ਮੇਅਰ ਜਾਂ ਫਿਰ ਜ਼ਿਲ੍ਹਾ ਪੰਚਾਇਤ ਚੇਅਰਮੈਨ ਨਾ ਰਿਹਾ ਹੋਵੇ ਤੇ ਨਾ ਹੀ ਹੋਣਾ ਚਾਹੀਦਾ ਪੰਜਵੀਂ ਸ਼ਰਤ ਰੱਖੀ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿੱਚ ਨਾ ਹੋਵੇ ਸੇਮੀ ਸ਼ਰਤ ਰੱਖੀ ਹੈ ਕਿ ਪਰਿਵਾਰ ਦੀ ਮਹੀਨਾਵਾਰ ਪੈਨਸ਼ਨ 10000 ਰੁਪਏ ਜਾਂ ਫਿਰ ਇਸ ਤੋਂ ਵੱਧ ਨਾ ਹੋਵੇ 7ਵੀਂ ਸ਼ਰਤ ਰੱਖੀ ਹੈ ਕਿ ਪਰਿਵਾਰ ਦੇ ਵਿੱਚ ਕੋਈ ਡਾਕਟਰ ਇੰਜੀਨੀਅਰ ਵਕੀਲ ਚਾਰਟਰਡ ਅਕਾਊਂਟ ਜਾਂ ਫਿਰ ਆਰਕੀਟੈਕਟ ਨਾ ਹੋਵੇ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਸ਼ਰਤ ਵਿੱਚ ਵਿਅਕਤੀ ਜਾਂ ਪਰਿਵਾਰ ਪਾਇਆ ਜਾਂਦਾ ਤਾਂ ਉਹਨਾਂ ਨੂੰ 300 ਯੂਨਟ ਮੁਫਤ ਬਿਜਲੀ ਫ੍ਰੀ ਨਹੀਂ ਦਿੱਤੀ ਜਾਵੇਗੀ ਅਗਲੀ ਖਬਰ ਹੈ ਪਾਵਰ ਕਾਮੀਟਰ ਰੀਡਰ ਜੁਨੀਅਨ ਵੱਲੋਂ ਕੱਲ ਕੀਤਾ ਜਾਏਗਾ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਰਾਓ ਤਾਂ ਦੋਸਤੋ ਬਿਜਲੀ ਦੇ ਬਿੱਲ ਵੰਡਣ ਦੇ ਲਈ ਪ੍ਰਾਈਵੇਟ ਕੰਪਨੀ ਨੂੰ ਦਿੱਤੇ ਗਏ ਟੈਂਡਰ ਰੱਦ ਕਰਕੇ ਮੀਟਰ ਰੀਡਰਾਂ ਦੀਆਂ ਸੇਵਾਵਾਂਾਂ ਸਿੱਧੇ ਤੌਰ ਤੇ ਪੀਐਸਪੀਸੀਐਲ ਅਧੀਨ ਰੈਗੂਲਰ ਕਰਵਾਉਣ ਲਈ ਧਾਰਨਾ ਸੌਮੇ ਦਿਨ ਵਿੱਚ ਸ਼ਾਮਲ ਹੋ ਗਿਆ ਜੁਨੀਅਨ ਵੱਲੋਂ ਕੱਲ ਨੂੰ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਰਾਓ ਵੀ ਕੀਤਾ ਜਾਵੇਗਾ ਅਗਲੀ ਖਬਰ ਹੈ ਪੰਜਾਬ ਹਿਮਾਚਲ ਸਰਹੱਦ ਤੇ ਤਲਵਾੜਾ ਪੁਲਿਸ ਦੀ ਕਾਰਵਾਈ ਪੰਜ ਟਿਪਰ ਤਿੰਨ ਟਰੈਕਟਰ ਟਰਾਲੀਆਂ ਸਣੇ ਇੱਕ ਕਾਬੂ ਤਾਂ ਦੋਸਤੋ ਤਲਵਾੜਾ ਜ਼ਿਲ੍ਹਾ ਪੁਲਿਸ ਦੇ ਨਿਰਦੇਸ਼ਾਂ ਅਨਸਾਰ ਐਚ ਐਚ ਐਸ ਐਚਓ ਦੀ ਅਗਵਾਈ ਵਿੱਚ ਤਲਵਾੜਾ ਪੁਲਿਸ ਦੇ ਮਾਈਨਿੰਗ ਇਨਸਪੈਕਟਰ ਦੇ ਨਾਲ ਲੈ ਕੇ ਇੱਕ ਸ਼ਿਕਾਇਤ ਦੇ ਆਧਾਰ ਤੇ ਕਰਾਸਰ ਦੀ ਚੈਕਿੰਗ ਕਰਨ ਦੇ ਲਈ ਹਿਮਾਚਲ ਪੰਜਾਬ ਬਾਰਡਰ ਤੇ ਪਹੁੰਚੇ ਜਿਸਕਰ ਜੋਗਾ ਕਿ ਕਰਾਸਰ 604 ਦੇ ਵਿੱਚ ਕਲਵਾੜਾ ਦੀ ਹੱਦ ਵਿੱਚ ਇਸ ਦੌਰਾਨ ਜਦੋਂ ਸਰਕਾਰੀ ਗੱਡੀ ਮੌਕੇ ਤੇ ਪੁੱਜੀ ਤਾਂ ਉੱਥੇ ਚੱਲ ਰਹੇ ਵਾਹਨਾਂ ਦੇ ਚਾਲਕ ਫਰਾਰ ਹੋ ਗਏ ਬਰਕਰਾਰ ਮਾਲਕ ਮਨੋਜ ਕੁਮਾਰ ਉਰਫ ਰਿੰਕੂ ਪੁੱਤਰ ਸ੍ਰੀਸ਼ ਕੁਮਾਰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ ਪੁਲਿਸ ਦੀ ਟੀਮ ਨੇ ਕਰੱਸਰ ਦੇ ਨਾਲ ਸੰਬੰਧਿਤ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਹੈ ਪਰ ਉਸ ਕੋਲ ਚੱਲ ਰਹੇ ਕਰੱਸਰਾਂ ਦਾ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜਿਸ ਕਰਕੇ ਉਸ ਦੇ ਖਿਲਾਫ ਮਾਈਨਿੰਗ ਮਿਲ ਐਕਟ 1957 ਦੀ ਧਾਰਾ 379 ਦੇ ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਗਲੀ ਖਬਰ ਹੈ Airtel ਦੇ ਚੇਅਰਮੈਨ ਸੁਨੀਲ ਮਿੱਤਲ ਦੀ ਸੈਲਰੀ ਘਟ ਕੇ ਹੋਈ 15 ਕਰੋੜ 39 ਲੱਖ ਜਾਣੋ ਕੀ ਹੈ ਕਾਰਨ ਤਾਂ ਦੋਸਤੋ ਟੈਲੀਕਮ ਕੰਪਨੀ ਭਾਰਤੀ Airtel ਦੇ ਚੇਅਰਮੈਨ ਸੁਨੀਲ ਮਿੱਤਲ ਦੀ ਤਨਖਾਹ 2021 ਅਤੇ 22 ਦੇ ਵਿੱਚ ਲਗਭਗ 5% ਘਟ ਗਈ ਹੈ। ਇਸ ਗ੍ਰਾਫਟ ਤੋਂ ਬਾਅਦ ਸੁਨੀਲ ਮਿੱਤਲ ਦੀ ਤਨਖਾਹ 15 ਕਰੋੜ 39 ਲੱਖ ਰੁਪਏ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਕੰਪਨੀ ਵੱਲੋਂ ਜਾਰੀ ਸਾਲਾਨਾ ਰਿਪੋਰਟ ਤੋਂ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਮਿੱਤਲ ਦੀ ਤਨਖਾਹ ਕੁੱਲ 16 ਕਰੋੜ 19 ਲੱਖ ਰੁਪਏ ਸੀ ਤਨਖਾਹ ਕਿਉਂ ਘਟੀ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2021 ਅਤੇ 22 ਦੇ ਵਿੱਚ ਮਿੱਤਲ ਦੀ ਤਨਖਾਹ ਭੱਤੇ ਅਤੇ ਪ੍ਰਦਰਸ਼ਨ ਆਧਾਰਿਤ ਪ੍ਰੋਤਸਾਹਨ ਸਮਾਨ ਹਨ ਪਰ ਪਿਛਲੇ ਵਿੱਤੀ ਸਾਲ ਵਿੱਚ ਤਨਖਾਹ ਵਿੱਚ ਗ੍ਰਾਫਟ ਦਾ ਮੁੱਖ ਕਾਰਨ ਹੋਰ ਲਾਭਾਂ ਵਿੱਚ ਗ੍ਰਾਫਟ ਹੈ ਹੋਰ ਲਾਭਾਂ ਵਿੱਚ ਗ੍ਰਾਫਟ ਨੇ ਸੁਨੀਲ ਮਿੱਤਲ ਦੀ ਤਨਖਾਹ ਨੂੰ ਵੀ ਪ੍ਰਭਾਵਿਤ ਕੀਤਾ ਪਰ ਦੋ ਸਾਲਾਂ ਦੀ ਸਾਲਾਨਾ ਰਿਪੋਰਟ ਦੀ ਤੁਲਨਾ ਦਰਸਾਉਂਦੀ ਹੈ ਕਿ ਉਸ ਨੂੰ ਪਿਛਲੇ ਵਿੱਤੀ ਸਾਲ ਦੇ 1 ਕਰੋੜ 62 ਲੱਖ ਰੁਪਏ ਦੇ ਮੁਕਾਬਲੇ 83 ਲੱਖ ਰੁਪਏ ਦੇ ਭੱਤੇ ਤੇ ਹੋਰ ਲਾਭ ਵੀ ਮਿਲੇ ਨੇ ਅਗਲੀ ਖਬਰ ਹੈ ਐਲਪੀਜੀ ਸਬਸਿਡੀ ਜਲਦੀ ਹੀ ਹੋ ਜਾਵੇਗੀ ਖਤਮ ਇੱਕ ਸਾਲ ਦੇ ਵਿੱਚ ਸਰਕਾਰ ਨੇ ਬਚਾਏ 11654 ਕਰੋੜ ਰੁਪਏ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਕੇਂਦਰ ਸਰਕਾਰ ਨੇ ਗੈਸ ਸਿਲੰਡਰ ਤੇ ਸਬਸਿਡੀ ਖਤਮ ਕਰਨ ਦਾ ਫੈਸਲਾ ਕਰ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਇਹ ਜਾਣਕਾਰੀ ਸੰਸਦ ਵਿੱਚ ਦਿੰਦੀ ਹੈ ਐਲਪੀਜੀ ਗੈਸ ਸਿਲੰਡਰ ਦੀ ਸਬਸਿਡੀ ਆਮ ਲੋਕਾਂ ਨੂੰ ਬਹੁਤ ਸਹਾਈ ਹੁੰਦੀ ਸੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਕਰੋੜਾਂ ਕਾਕਾ ਨੇ ਗੈਸ ਸਬਸਿਡੀ ਸਾੜ ਦਿੱਤੀ ਸੀ ਪਰ ਹੁਣ ਸਰਕਾਰ ਜਲਦੀ ਹੀ ਇਸ ਨੂੰ ਖਤਮ ਕਰਨ ਜਾ ਰਹੀ ਹੈ ਅਗਲੀ ਖਬਰ ਹੈ ਆਉਣ ਵਾਲੇ ਦਿਨਾਂ ਚ ਜਨਤਾ ਨੂੰ ਲੱਗ ਸਕਦਾ ਵੱਡਾ ਝਟਕਾ ਇਸ ਵਜ੍ਹਾ ਕਾਰਨ ਮਹਿੰਗੀ ਹੋ ਸਕਦੀ ਹੈ ਬਿਜਲੀ ਤਾਂ ਦੋਸਤੋ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਮਹਿੰਗੀ ਬਿਜਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਲਗਭਗ 16 ਮਿਲੀਅਨ ਟਨ ਕੋਲੇ ਦੀ ਬਰਾਮਦ ਦੀ ਯੋਜਨਾ ਬਣਾਈ ਹੈ ਇੱਕ ਰਿਪੋਰਟ ਦੇ ਮੁਤਾਬਕ ਕੋਲੇ ਦੀ ਉੱਚੀ ਲਾਗਤ ਕਰਕੇ ਦੇਸ਼ ਵਿੱਚ ਬਿਜਲੀ 50 ਤੋਂ ਲੈ ਕੇ 80 ਪੈਸੇ ਤੱਕ ਮਹਿੰਗੀ ਹੋ ਸਕਦੀ ਹੈ ਰਿਪੋਰਟ ਵਿੱਚ ਦੱਸਿਆ ਗਿਆ ਕਿ ਜੋ ਸੂਬੇ ਸੀ ਪੋਰਟ ਤੋਂ ਜਿੰਨੇ ਦੂਰ ਹਨ ਉੱਥੇ ਬਿਜਲੀ ਦੀ ਕੀਮਤ ਉਨੀ ਹੀ ਜ਼ਿਆਦਾ ਬੱਦ ਸਕਦੀ ਹੈ ਇਹ ਵੀ ਦੱਸਿਆ ਗਿਆ ਕਿ ਚਾਲੂ ਬਿੱਤੀ ਸਾਲ ਦੇ ਵਿੱਚ ਲਗਭਗ 76 ਮਿਲੀਅਨ ਟਨ ਕੋਲੇ ਦੀ ਬਰਾਮਦ ਦੌਰਾਨ ਪਹਿਲਾ ਕੋਲ ਇੰਡੀਆ ਲਿਮਟਿਡ ਬਿਜਲੀ ਸਟੇਸ਼ਨਾਂ ਨੂੰ ਸਪਲਾਈ ਦੇ ਲਈ 15 ਮਿਲੀਅਨ ਟਨ ਦੀ ਦਰਾਮਦ ਕਰੇਗਾ ਅਗਲੀ ਖਬਰ ਹੈ ਭਾਰਤ ਵਿੱਚ ਕਰੋਨਾ ਦੇ 20279 ਨਵੇਂ ਮਰੀਜ਼ ਅਤੇ 36 ਜਾਣਿਆਂ ਦੀ ਮੌਤ ਤਾ ਦੋਸਤੋ ਭਾਰਤ ਵਿੱਚ ਇੱਕ ਦਿਨ ਦੇ ਅੰਦਰ ਕੋਵਿਡ-19 ਦੇ 20279 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4 ਕਰੋੜ 38 ਲੱਖ 88755 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਕਰੋਨਾ ਵਾਇਰਸ ਕਰਕੇ 36 ਜਣਿਆਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਮਰਨ ਵਾਲਿਆਂ ਦਾ ਜੋ ਕੁੱਲ ਅੰਕੜਾ ਹੈ 526033 ਤੱਕ ਜਾ ਪੁੱਜਿਆ ਹੈ। ਅਗਲੀ ਖਬਰ ਹੈ ਜ਼ੀਰੋ ਬਿਜਲੀ ਬਿੱਲਾਂ ਦੇ ਬਾਰੇ ਪੰਜਾਬ ਸਰਕਾਰ ਨੇ ਖਤਸੇ ਦੂਰ ਕੀਤੇ ਤਾਂ ਦੋਸਤੋ ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 300 ਯੂਨਟ ਪ੍ਰਤੀ ਮਹੀਨਾ ਮਾਫੀ ਬਾਰੇ ਸਾਰੇ ਖਤਸੇ ਦੂਰ ਕਰ ਦਿੱਤੇ ਨੇ ਪਾਵਰ ਕਮਿਸ਼ਨ ਇਸ ਸੰਬੰਧ ਦੇ ਵਿੱਚ ਸਰਕੂਲਰ ਜਾਰੀ ਕੀਤਾ ਜਿਸ ਅਨੁਸਾਰ ਘਰੇਲੂ ਖਪਤਕਾਰ ਜਿਨ੍ਹਾਂ ਦੀ ਖਪਤ ਪ੍ਰਤੀ ਮਹੀਨਾ 300 ਯੂਨਟ 2 ਮਹੀਨੇ ਦੀ ਖਪਤ 600 ਯੂਨਟ ਤੱਕ ਹੋਵੇਗੀ ਉਹਨਾਂ ਨੂੰ ਜ਼ੀਰੋ ਬਿਲ ਆਵੇਗਾ ਤੇ ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜ ਫਿਕਸ ਚਾਰਜ ਮੀਟਰ ਦਾ ਕਿਰਾਇਆ ਤੇ ਸਰਕਾਰੀ ਟੈਕਸ ਨਹੀਂ ਵਸੂਲਿਆ ਜਾਵੇਗਾ ਆਪ ਨੇ ਪੰਜਾਬ ਦੇ ਲੋਕਾਂ ਨੂੰ 300 ਯੂਨਟ ਮੁਫਤ ਬਿਜਲੀ ਦੀ ਗਾਰੰਟੀ ਵੀ ਦਿੱਤੀ ਸੀ ਅਗਲੀ ਖਬਰ ਹੈ ਕੈਲੀਫੋਰਨੀਆ ਦੇ ਜੰਗਲ ਵਿੱਚ ਲੱਗੀ ਭਿਆਨਕ ਅੱਗ ਹਜ਼ਾਰਾਂ ਲੋਕ ਘਰ-ਬਾਰ ਛੱਡ ਕੇ ਭੱਜੇ ਤਾਂ ਦੋਸਤੋ ਕੈਲੀਫੋਰਨੀਆ ਦੇ ਜੋ ਸੈਮਿਟ ਨੈਸ਼ਨਲ ਪਾਰਕ ਨੇੜੇ ਜੰਗਲ ਦੀ ਅੱਗ ਭਿਆਨਕ ਰੂਪ ਅਖਤਿਆਰ ਕਰ ਗਈ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਮਜਬੂਰ ਹੋਣਾ ਪਿਆ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਇਸ ਸਾਲ ਇਹ ਸਭ ਤੋਂ ਭਿਆਨਕ ਅੱਗ ਲੱਗੀ ਹੈ ਇਸ ਕਾਰਨ 2000 ਤੋਂ ਵੱਧ ਘਰਾਂ ਤੇ ਉਜੋਗਾਂ ਦੇ ਲਈ ਬਿਜਲੀ ਕੱਟੀ ਗਈ ਅਗਲੀ ਖਬਰ ਹੈ Sri Lanka ਦੇ ਵਿੱਚ 100 ਦਿਨਾਂ ਦੇ ਮਾਗਰੋਂ ਅੱਜ ਮੁੜ ਖੁੱਲੇਗਾ ਰਾਸ਼ਟਰਪਤੀ ਸਕਤਰੇਤ ਤਾਂ ਦੋਸਤੋ Sri Lanka ਦਾ ਰਾਸ਼ਟਰਪਤੀ ਸਕਤਰੇਤ ਜਿਸ ਤੇ ਜੁਲਾਈ ਦੇ ਸ਼ੁਰੂ ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਸੀ ਉਹ ਅੱਜ ਤੋਂ ਸਖਤ ਸੁਰੱਖਿਆ ਹੇਠ ਮੁੜ ਕੰਮਕਾਜ ਦੇ ਲਈ ਖੁੱਲ ਜਾਵੇਗਾ ਅਗਲੀ ਖਬਰ ਹੈ Odisha ਦੇ ਵਿੱਚ ਸਿਰਫ ਫੌਜੀ ਟਿਕਾਣਿਆਂ ਹੂਈ ਨਿਸਾਨਾ ਬਣਾਇਆ ਰੂਸ ਤਾਂ ਦੋਸਤੋ ਰੂਸੀ ਰੱਖਿਆ ਮੰਤਰਾਲੇ ਨੇ ਅਧਿਕਾਰੀਆਂ ਨੇ ਦਾਵਾ ਕੀਤਾ ਕਿ ਓਡੀਸਾ ਬੰਦਰ ਖਾਤੇ ਸਿਰਫ ਫੌਜੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਮੰਤਰਾਲੇ ਦੇ ਤਰਜਮਾਨ ਇਗੋਰ ਕੋਨਸਕੋਪ ਦੇ ਵਿੱਚ ਓਡੀਸਾ ਚ ਲੰਬੀ ਦੂਰੀ ਦੀਆਂ ਮੁਝੈਲਾਂ ਨੇ ਯੂਕਰੇਨੀ ਜੰਗੀ ਵੇੜਾ ਅਤੇ ਹਾਰਪੂਨ ਮੁਝੈਲਾਂ ਦੇ ਗਦਾਮ ਨੂੰ ਹੀ ਨਸ਼ਟ ਕਰ ਦਿੱਤਾ ਜੋ ਅਮਰੀਕਾ ਵੱਲੋਂ ਕੀਵ ਹਕੂਮਤ ਨੂੰ ਸਪਲਾਈ ਕੀਤੀਆਂ ਗਈਆਂ ਸਨ ਅਗਲੀ ਖਬਰ ਹੈ ਨੇੜ ਭਵਿੱਖ ਦੇ ਵਿੱਚ 82 ਰੁਪਏ ਪ੍ਰਤੀ ਡਾਲਰ ਤੱਕ ਡਿੱਗ ਸਕਦਾ ਹੈ ਰੁਪਈਆ ਤਾਂ ਦੋਸਤੋ ਲਗਾਤਾਰ ਕਮਜ਼ੋਰ ਹੋ ਰਹੇ ਰੁਪਈਏ ਦੇ ਵਿੱਚ ਹੋਰ ਗਰਾਵਟਾ ਸਕਦੀ ਹੈ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਪਾਰ ਘਟਾ ਵਧਣ ਅਤੇ ਅਮਰੀਕੀ ਕੇਂਦਰੀ ਬੈਂਕ ਵੱਲੋਂ ਇਸ ਹਫ਼ਤੇ ਦੀਆਂ ਵਿਆਜ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਦੇ ਮੱਦੇ ਨਜ਼ਰ ਭਵਿੱਖ ਵਿੱਚ ਰੁਪਈਆ ਹੋਰ ਟੁੱਟ ਕੇ 82 ਰੁਪਏ ਪ੍ਰਤੀ ਡਾਲਰ ਤੱਕ ਡਿੱਗ ਸਕਦਾ ਹੈ ਅਗਲੀ ਖਬਰ ਹੈ ਵੇ ਅਦ비 ਗੋਲੀ ਕਾਂਡ ਦੇ ਵਿੱਚ ਇਨਸਾਫ ਮੋਰਚੇ ਦੇ ਅਲਟੀਮੇਟਮ ਦਾ ਸਮਾਂ ਖਤਮ ਮੰਤਰੀ ਹਰਜੋਤ ਬੈਂਸ ਏਜੀ ਦਫ਼ਤਰ ਦੀ ਟੀਮ ਨਾਲ ਫਰੀਦਕੋਟ ਜਾਣਗੇ ਤਾਂ ਦੋਸਤੋ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਬੇਅਦ비 ਅਤੇ ਇਸ ਨਾਲ ਸੰਬੰਧਿਤ ਗੋਲੀ ਕਾਂਡ ਵਿੱਚ ਫਸਦੀ ਨਜ਼ਰ ਆ ਰਹੀ ਹੈ ਸਰਕਾਰ ਬਣੀ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਅਜੇ ਤੱਕ ਕੋਈ ਵੀ ਵੱਡੀ ਕਾਰਵਾਈ ਨਹੀਂ ਹੋਈ ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਇਨਸਾਫ ਮੋਰਚੇ ਦਾ ਅਲਟੀਮੇਟਮ ਦੇਣ ਦਾ ਸਮਾਂ ਵੀ ਖਤਮ ਹੋ ਗਿਆ ਜਿਸ ਦੇ ਮੱਦੇ ਨਜ਼ਰ ਮੰਤਰੀ ਹਰਜੋਤ ਵੈਸ ਐਡਵੋਕੇਟ ਜਰਨਲ ਏਜੀ ਦਫ਼ਤਰ ਦੀ ਟੀਮ ਦੇ ਨਾਲ ਫਰੀਦਕੋਟ ਪੁੱਜਣਗੇ ਪੰਜਾਬ ਵਿੱਚ ਸਾਲ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਦਵੀਂ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਇਨਾ ਕੇਸਾਂ ਦੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ ਜਿਸ ਦੇ ਖਿਲਾਫ ਸੁਖਰਾਜ ਸਿੰਘ ਦੀ ਗਵਾਹੀ ਹੇਠ ਇਨਸਾਫ ਮੋਰਚਾ ਵੀ ਚੱਲ ਰਿਹਾ ਹੈ ਤੇ ਦੋਸਤੋ ਇਹਨਾਂ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ